ਹਾਂਜੀ ਸਾਥੀਓ ਅੱਜ ਤੁਹਾਨੂੰ ਮੈਂ ਡੀਸੀਐਫ ਡਾਟਾ ਐਂਟਰੀ ਤੇ ਮਨੀਟਰ ਬਾਰੇ ਦੱਸੂਗੀ ਸਭ ਤੋਂ ਪਹਿਲਾਂ ਆਪਾਂ ਸੇਮ ਯੂਡਾਈ ਸਕੂਲ ਡਾਟਾ ਕੈਪਚਰ ਤੇ ਲੌਗਇਨ ਕਰ ਲਾਂਗੇ ਲੌਗਇਨ ਕਰਕੇ ਪ੍ਰੋਫਾਈਲ ਤੇ ਆਪਾਂ ਆਪਣਾ ਯੂਡਾਈ ਕੋਡ ਭਰ ਕੇ ਪਾਸਵਰਡ ਭਰ ਕੇ ਆਪਾਂ ਲੌਗਇਨ ਕਰ ਲੈਣਾ ਇੱਥੇ ਕੈਪਚਾ ਭਰਾਂਗੇ ਇਸ ਤੋਂ ਬਾਅਦ ਲੌਗਇਨ ਹੋ ਜਾਊਗਾ ਲੌਗਇਨ ਕਰਨ ਤੋਂ ਬਾਅਦ ਆਪਣਾ ਇਹ ਪੇਜ ਖੁੱਲ ਜਾਊਗਾ ਜਿੱਥੇ ਚ ਆਪਾਂ ਪ੍ਰੋਫਾਈਲ ਐਂਡ ਫੈਸਿਲਿਟੀ ਤੇ ਕਲਿੱਕ ਕਰਾਂਗੇ ਇਹਦੇ 'ਚ ਹੁਣ ਆਪਾਂ ਜਿਹੜੇ ਆਪਣੇ ਕਾਲਮ ਦਿੱਤੇ ਹੋਏ ਨੇ 1.1 ਤੋਂ ਲੈ ਕੇ 2.28 ਤੱਕ ਫਿਲ ਕਰਨੇ ਨੇ ਪਹਿਲਾਂ ਦੇਖੋ ਕੁਝਕ ਜਾਣਕਾਰੀ ਆਪਣੀ ਪਹਿਲਾਂ ਦੀ ਹੀ ਭਰੀ ਹੋਈ ਹੈ ਇਹਦੇ 'ਚ ਜਿਹੜੀ ਕਿ ਆਪਾਂ ਲਾਸਟ ਈਅਰ ਭਈ ਸੀ ਕੁਝਕ ਆਪਾਂ ਹੁਣ ਅਪਡੇਟ ਕਰਾਂਗੇ ਜਿਹੜੀ ਜਾਣਕਾਰੀ ਆਪਾਂ ਹੁਣ ਅਪਡੇਟ ਕਰਨੀ ਆ ਉਹਦੇ ਲਈ ਤੁਸੀਂ ਉਸ ਕਾਲਮ ਨੂੰ ਹੀ ਕਲਿੱਕ ਕਰਨਾ ਵਾ ਜੇ ਕੋਈ ਤੁਸੀਂ ਅਪਡੇਟ ਕਰਨਾ ਹੈ ਤਾਂ ਤੁਸੀਂ ਆਪਣੇ ਬਲਾਕ ਐਮ ਆਈ ਐਸ ਕੋਆਰਡੀਨੇਟਰ ਨਾਲ ਸੰਪਰਕ ਕਰਕੇ ਉਸ ਨੂੰ ਅਪਡੇਟ ਕਰ ਸਕਦੇ ਹੋ ਜਿਵੇਂ ਕੋਈ ਅਧਿਆਪਕ ਦਾ ਹੈੱਡ ਦਾ ਨਾਮ ਚੇਂਜ ਕਰਨਾ ਕੁਝ ਵੀ ਅਪਡੇਟ ਕਰਨਾ 1.24 ਦੇ ਵਿੱਚ ਤੁਸੀਂ ਲੈਂਗੁਏਜ ਭਰਨੀ ਆ ਜਿਵੇਂ ਆਪਣੀ 메ਜਰ ਲੈਂਗੁਏਜ ਪੰਜਾਬੀ ਆ ਫਿਰ ਇੰਗਲਿਸ਼ ਆ ਗਈ ਤੇ ਹਿੰਦੀ ਆ ਗਈ ਇਹਨੂੰ ਅਪਡੇਟ ਕਰ ਲੈਣਾ ਵਾ ਤੇ ਇੱਥੇ ਕਲਾਸੇਸ ਭਰ ਲੈਣੀਆਂ ਨੇ ਵੀ ਕਿਹੜੀ ਕਿਹੜੀ ਕਲਾਸ ਤੱਕ ਆਪਾਂ ਕਿਹੜੀ ਸਬਜੈਕਟ ਆ ਜਿਹੜਾ ਉਹ ਪੜਾਉਨੇ ਆ ਜਿਵੇਂ ਪੰਜਾਬੀ ਆਪਾਂ 1 ਤੋਂ ਲੈ ਕੇ 5 ਤੱਕ ਪੜਾਉਨੇ ਆ ਇਹ ਇੱਥੇ ਭਰ ਕੇ ਫਿਰ ਇੱਥੇ ਬॉयਜ਼ ਤੇ ਗਰਲਸ ਦੀ ਜਿਨ੍ਹਾਂ ਦੇ ਬੱਚੇ ਆਪਣੇ ਹੈਗੇ ਨੇ 1 ਤੋਂ 5 ਤੱਕ ਦੇ ਉਹ ਭਰਨੇ ਨੇ ਇਸੇ ਤਰ੍ਹਾਂ ਫਿਰ ਆਪਾਂ ਇੰਗਲਿਸ਼ ਭਰਨੀ ਆ ਉਹ ਵੀ ਆਪਾਂ 1 ਤੋਂ 5 ਤੱਕ ਪਰ ਪੜਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਹਿੰਦੀ ਅਪਡੇਟ ਕਰਨੀ ਆ ਇਹ ਕੁਝ ਹੋਰ ਕਾਲਮ ਨੇ ਜਿਹੜੇ ਕਿ ਆਪਾਂ ਅਪਡੇਟ ਕਰਨੇ ਨੇ ਤੇ ਦੇਖੋ ਇਹ ਹੁਣ ਆਪਾਂ ਭਰਤਾ ਵੀ ਪੰਜਵੀਂ ਤੱਕ ਦੀਆਂ ਸਾਰੀਆਂ ਕਲਾਸਾਂ ਇਸੇ ਤਰ੍ਹਾਂ ਆਪਾਂ ਇਹਦੇ ਸਾਹਮਣੇ ਬੱਚਿਆਂ ਦੀ ਗਿਣਤੀ ਵੀ ਭਰਨੀ ਆ ਉਹ ਮੈਂ ਇੱਥੇ ਭਰੀ ਨਹੀਂ ਹੈ ਪਰ ਤੁਸੀਂ ਤੁਹਾਡੇ ਸਕੂਲ ਚ ਕਿੰਨੇ ਬॉयਜ਼ ਨੇ 1 ਤੋਂ 5 ਤੱਕ ਤੇ ਕਿੰਨੀਆਂ ਗਰਲਜ਼ ਨੇ ਉਹ ਸਾਰੀਆਂ ਭਰ ਲੈਣੀਆਂ ਨੇ ਸੈਕੰਡ ਆਪਾਂ ਇੰਗਲਿਸ਼ ਭਰਨੀ ਆ ਕਿਉਂਕਿ ਫਰਸਟ ਤੋਂ ਫਿਫਥ ਤੱਕ ਹੀ ਆਪਾਂ ਇੰਗਲਿਸ਼ ਟੀਚ ਕਰਦੇ ਆ ਉਹ ਇੱਥੇ ਅਪਡੇਟ ਕਰ ਲੈਣੀ ਆ ਸੇਮ ਉਹਦੇ ਵਿੱਚ ਵੀ ਆਪਾਂ ਬॉयਜ਼ ਗਰਲਜ਼ ਦੀ ਗਿਣਤੀ ਭਰਾਂਗੇ ਤੇ ਥਰਡ ਫਿਰ ਆਪਾਂ ਹਿੰਦੀ ਭਰਨੀ ਆ ਜਿਹੜੀ ਕਿ ਹਿੰਦੀ ਆ ਜਿਹੜੀ ਆਪਾਂ ਸਿਰਫ 4th ਤੇ 5th ਨੂੰ ਹੀ ਪੜਾਉਨੇ ਆ ਇਸ ਲਈ ਉਹ ਆਪਾਂ ਸਿਰਫ ਦੋ ਕਲਾਸੇਜ਼ ਹੀ ਅਪਡੇਟ ਕਰਾਂਗੇ ਫੇਰ ਕੀ ਤੁਹਾਡਾ ਸਕੂਲ ਸੀ স্পেশাল ਬੱਚਿਆਂ ਲਈ ਹੈ ਸੀਡਬਲਯੂਐਸਐਨ ਬੱਚਿਆਂ ਲਈ স্পেশাল ਹੈ ਜੈਸਨੋ ਟਿਕ ਕਰੋਗੇ ਫਿਰ ਐਸੇ ਤਰ੍ਹਾਂ ਸਾਰੇ ਕਾਲਮ ਪੜ੍ਹ ਕੇ ਤੁਸੀਂ ਅੱਗੇ-ਅੱਗੇ ਵਧਦੇ ਜਾਣਾ ਅੱਗੇ ਆਗੇ ਦੇਖੋ ਵੀ ਜੇ ਸਕੂਲ ਚਾਂਗਨ ਵੜੀ ਚੱਲ ਰਹੀ ਆ ਜੈਸਨੋ ਕਲਿੱਕ ਕਰ ਦੇਣਾ ਬਾਲ ਵਾਟਿਕਾ ਬੱਚੇ ਕਿਉਂਕਿ ਆਪਣੇ ਸਕੂਲਾਂ ਚ ਹੁਣ ਪ੍ਰੀ ਪ੍ਰਾਇਮਰੀ ਵਾਲੇ ਬੱਚੇ ਪੜ੍ਹਦੇ ਆ ਇਸ ਲਈ ਬਾਲ ਵਾਟਿਕਾ ਤੇ ਆਪਾਂ ਜੈਸਸ ਕਰਨਾ ਵਾ ਤੇ ਇਹਨੂੰ ਪੜ੍ਹ ਕੇ ਤੁਸੀਂ ਆਪਣੇ ਆਪਣੇ ਸਕੂਲ ਚ ਜੋ ਜੋ ਵੀ ਹੈਗੇ ਉਹ ਕਾਲਮ ਭਰ ਦੇਣੇ ਆ ਜੇ ਤੁਹਾਡੇ ਸਕੂਲ ਚ ਕੋਈ ਸਪੈਸ਼ਲ ਚੱਲਦਾ ਬੱਚਿਆਂ ਦਾ ਸਕੂਲ ਤਾਂ ਉਹਦੀ ਜਾਣਕਾਰੀ ਦੇਣੀ ਆ ਇੱਥੇ ਆਪਾਂ ਆਪਣੇ ਸਕੂਲ ਚ ਜਿਹੜੀਆਂ ਇਨਸਪੈਕਸ਼ਨਸ ਹੋਈਆਂ ਨੇ ਅਕੈਡੈਮਿਕ ਇਨਸਪੈਕਸ਼ਨ ਹੋਈ ਹੈ ਜਿਵੇਂ ਕਿਸੇ ਡੀਓ ਬੀਪੀਓ ਵੱਲੋਂ ਜਾਂ ਆਪਣੇ ਬੀਐਮਟੀਜ਼ ਵੱਲੋਂ ਕਿਹੜੇ ਕਿਹੜੇ ਲੈਵਲ ਤੇ ਬੀਆਰਸੀ ਲੈਵਲ ਤੇ ਡੀਓ ਲੈਵਲ ਤੇ ਸਟੇਟ ਲੈਵਲ ਤੋਂ ਕੋਈ ਆਇਆ ਉਹ ਆਪਾਂ ਇੱਥੇ ਗਿਣਤੀ ਭਰਨੀ ਆ ਇੱਥੇ ਐਸ ਐਮ ਸੀ ਮੀਟਿੰਗਸ ਆਪਣੇ ਸਾਲ ਚ ਕਿੰਨੀਆਂ ਹੋਈਆਂ ਉਹ ਭਰਨੀਆਂ ਨੇ ਫਿਰ ਇਸੇ ਤਰ੍ਹਾਂ ਆਪਾਂ ਬਾਕੀ ਕਾਲਮਸ ਵੀ ਕਾਫੀ ਪਿਛੇ ਲਾਸਟ ਈਅਰ ਦੇ ਆਪਣੇ ਅਪਡੇਟਡ ਨੇ ਫਿਰ ਇੱਥੇ ਆਪਣੀਆਂ ਕਿੰਨੀਆਂ ਪੀਟੀੀ ਮੀਟਿੰਗਸ ਹੋਈਆਂ ਆਪਾਂ ਉਹ ਭਰਨੀਆਂ ਨੇ ਇਸੇ ਤਰ੍ਹਾਂ ਆਪਾਂ ਸਾਰੇ ਕਾਲਮ ਜਿਹੜੇ ਭਰਦੇ ਜਾਣਾ ਵਾ ਤੇ ਇੱਥੇ ਟੋਟਲ ਡੇਜ਼ ਕਿੰਨੇ ਦਿਨ ਆਪਾਂ ਮਿੱਡੇ ਮਿਲ ਦਿੱਤਾ ਲਾਸਟ ਅਕੈਡਮੀ ਕੇਅਰ ਚ ਇੱਕ ਦਿਨ ਚ ਕਿੰਨੇ ਹਫ਼ਤੇ ਦੇ ਕਿੰਨੇ ਦਿਨ ਦਿੰਦੇ ਸੀ ਮਹੀਨੇ ਦੇ ਕਿੰਨੇ ਦਿਨ ਦਿੱਤਾ ਇਹ ਸਾਰੇ ਕਾਲਮਸ ਇੱਥੇ ਆ ਜਾਣੇ ਨੇ ਜਨਿੰਕੇ ਮਿੱਡੇ ਮਿਲਦੀ ਜਾਣਕਾਰੀ ਆ ਜਾਣੀ ਆ ਇਹ ਮੈਂ ਜਸਟ ਫॉर ਮਤਲ ਨੌਲੇਜ ਲਈ ਜਸਟ ਫਿਲ ਕੀਤਾ ਵਾ ਵੀ ਆਪਣੇ ਇਹ ਨੇ ਤੇ ਐਕਿਊਰੇਟ ਮਤਲਬ ਜਿਹੜੇ ਵੀ ਆਪਣੇ ਰਿਕਾਰਡ ਚ ਨੇ ਆਪਾਂ ਉਹੀ ਭਰਨੇ ਨੇ ਇਸ ਤੋਂ ਅੱਗੇ ਚੱਲਾਂਗੇ ਇਹ ਅਪਡੇਟ ਹੋ ਗਿਆ ਹੈ ਹੁਣ ਆਪਾਂ ਨੈਕਸਟ ਪੇਜ ਖੋਲਾਂਗੇ ਤੇ ਨੈਕਸਟ ਪੇਜ ਖੋਲਣ ਤੋਂ ਬਾਅਦ ਦੇਖੋ ਤੁਸੀਂ ਇਹ ਆਪਣੀ ਟੈਕਸਟ ਬੁక్స్ TLM ਇਹਦੇ ਨਾਲ ਰਿਲੇਟਡ ਯੂਨੀਫਾਰਮ ਨਾਲ ਰਿਲੇਟਡ ਇਹ ਸਾਰੇ ਕਾਲਮ ਆ ਗਏ ਕਿ ਟੈਕਸਟ ਬੁక్స్ ਮਿਲੀਆਂ ਸੀ ਤਾਂ ਕਿਹੜੇ ਮਹੀਨੇ ਮਿਲੀਆਂ ਸੀ TLM ਮਿਲੀ ਆ ਕਿੰਨੇ ਬੱਚਿਆਂ ਨੂੰ ਉਹਦਾ ਫਾਇਦਾ ਹੋਇਆ ਤੇ ਉਹਦੇ ਬਾਰੇ ਆਪਾਂ ਇੱਥੇ ਸਾਰਾ ਦੱਸਣਾ ਵੀ ਪ੍ਰੀ ਪ੍ਰਾਈਮ ਦੇ ਕਿੰਨੇ ਬੱਚਿਆਂ ਨੂੰ ਮਿਲੀ ਆ ਤੇ 1 ਤੋਂ 5 ਤੱਕ ਦੇ ਕਿੰਨੇ ਬੱਚਿਆਂ ਨੂੰ ਮਿਲੀ ਆ ਫਿਰ ਇਹ ਸਾਰੇ ਕਾਲਮ ਅਧਿਆਪਕਾਂ ਨੇ ਟੀ.ਐਲ.ਐਮ ਬਣਾਈ ਜਾਂ ਨਹੀਂ ਬਣਾਈ ਇਹ ਜਿਹੜੇ ਸਾਰੇ ਕਾਲਮਸ ਆ ਆਪਾਂ ਇੱਥੇ ਅਪਡੇਟ ਕਰਨੇ ਨੇ ਇਹ ਤੁਸੀਂ ਅਬਦੇ-ਅਬਦੇ ਸਕੂਲ ਦੇ ਰਿਕਾਰਡ ਦੇ ਮੁਤਾਬਕ ਇਹਨਾਂ ਨੂੰ ਅਪਡੇਟ ਕਰ ਸਕਦੇ ਹੋ ਕੋਈ ਸਪਲੀਮੈਂਟਰੀ ਮਟੀਰੀਅਲ ਮਿਲਿਆ ਮਿਲਿਆ ਤੇ ਕਿੰਨੇ ਬੱਚਿਆਂ ਨੂੰ ਉਹਦਾ ਫਾਇਦਾ ਹੋਇਆ ਇਹ ਸਾਰੀ ਡਿਟੇਲ ਇਸ ਪੇਜ ਤੇ ਆਪਾਂ ਭਰ ਦੇਣੀ ਆ। ਇਸੇ ਤਰ੍ਹਾਂ ਇਹ ਆਪਾਂ ਸਾਰਾ ਪੇਜ ਅਪਡੇਟ ਕਰ ਲਾਂਗੇ। ਥੱਲੇ ਜਾ ਕੇ ਦੇਖੋ ਜੇ ਪੇਰੈਂਟਸ ਵਲੰਟੀਅਰ ਮਤਲਬ ਕਿ ਪੇਰੈਂਟਸ ਜਿਹੜੇ ਆਪਣੇ ਉਹ ਟੀਚਰਸ ਦੀ ਹੈਲਪ ਕਰਦੇ ਨੇ ਸਕੂਲ 'ਚ ਸਹਿਯੋਗ ਦਿੰਦੇ ਨੇ ਫਿਰ ਕਿੰਨੇ ਬੱਚਿਆਂ ਦੇ ਪੇਰੈਂਟਸ ਆ ਜਿਹੜੇ ਉਹ ਹੈਲਪ ਕਰਦੇ ਨੇ। ਕੀ ਸਕੂਲਾਂ 'ਚ ਪੀਅਰ ਗਰੁੱਪ ਬਣਿਆ ਹੋਇਆ ਪਲੇ ਮਟੀਰੀਅਲ ਗੇਮਸ ਸਪੋਰਟਸ ਸਮਾਨ ਹੈਗਾ ਸਾਡੇ ਬੱਚਿਆਂ ਕੋਲੇ 유ਨੀਫਾਰਮ ਮਿਲੀ ਆ ਜੇ ਮਿਲੀ ਆ ਤਾਂ ਕਿਸਮਾਂ ਅੰਦਰੋਂ ਮਿਲੀ ਸੀ ਉਹ ਸਾਰਾ ਕੁਝ ਆਪਾਂ ਇੱਥੇ ਅਪਡੇਟ ਕਰਨਾ ਤੇ ਇਹਨੂੰ ਆਪਾਂ ਸੇਵ ਕਰਕੇ ਨੈਕਸਟ ਕਰ ਲਾਂਗੇ ਇਹ ਆਪਣਾ ਪੇਜ ਸੇਵ ਹੋ ਚੁੱਕਿਆ ਦੇਖੋ ਹੁਣ ਆਪਣਾ ਨੈਕਸਟ ਪੇਜ ਖੁੱਲ ਗਿਆ ਇਦੇ ਵਿੱਚ ਤੁਸੀਂ ਰਸਨਾਵਾ ਵੀ ਪ੍ਰੀਵੀਅਸ ਅਕੈਡਮੀ ਕੇਅਰ ਚ ਤੁਸੀਂ ਕਿੰਨੀਆਂ ਕ੍ਰੀਏਟ ਕੀਤੀਆਂ ਸੀਗੀਆਂ ਕ੍ਰਾਈਟੇਰੀਅਨ ਰੈਫਰੈਂਸਿਸ ਆਈਟਮਸ ਕਿਸ ਟੀਚਰਾਂ ਨੇ ٹی ਐਲ ਐਮ ਬਣਾਈ ਸੀ ਪੋਰਟਫੋਲੀਓ ਪ੍ਰੋਜੈਕਟ ਜਾਂ ਗਰੁੱਪ ਵਗੈਰਾ ਜਿਹੜੇ ਉਹ ਕੀਤਾ ਸੀ ਜੇ ਬੱਚੇ 'ਚ ਕੋਈ ਹਾਰਟ ਸਪੌਟ ਲੱਭੇ ਆ ਆਈਡੈਂਟੀਫਾਈ ਹੋਇਆ ਉਹਨਾਂ ਨੂੰ ਪੜਾਉਣ ਦੇ ਵਕਤ ਤਾਂ ਉਹਨੂੰ ਮੈਂਸ਼ਨ ਕਰਨਾਮਾ ਇਸੇ ਤਰ੍ਹਾਂ ਇਸ ਨੂੰ ਵੀ ਸੇਵ ਕਰਕੇ ਆਪਾਂ ਨੈਕਸਟ ਕਰ ਦੇਣਾ ਇਹ ਆਪਣੇ ਸਕੂਲ ਦੇ ਵੀ ਡਿਸਾਸਟਰ ਪਲਾਨ ਬਣਿਆ ਹੋਇਆ ਆਡਿਟ ਹੁੰਦਾ ਇਹ ਸਾਰੀਆਂ ਚੀਜ਼ਾਂ ਵੀ ਇਹ ਆਪਣਾ ਗ੍ਰਾਂਟਸ ਨਾਲ ਰਿਲੇਟਡ ਆ ਇਹਦੇ ਤੇ ਸਾਰੀ ਗ੍ਰਾਂਟਸ ਦੀ ਕਿੰਨੀ ਆਪਾਂ ਨੂੰ ਗ੍ਰਾਂਟ ਆਈ ਹੈ ਜੀ ਚੋਂ ਆਪਾਂ ਕਿੰਨੀ ਖਰਚਤੀ ਆ ਇਹ ਸਾਰਾ ਆਪਾਂ ਇਹਦੇ ਚ ਇਸ ਸਪੇਸ ਤੇ ਭਰਾਂਗੇ ਕਿਸੇ ਵੀ ਕਿਸਮ ਦੀ ਜਿਹੜੀ ਵੀ ਆਪਾਂ ਨੂੰ ਗ੍ਰਾਂਟ ਆਈ ਹੋਈ ਆ ਜਿਵੇਂ ਆਈਸੀਟੀ ਆਈਟਮਸ ਦੀ ਹੈਗੀਆਂ ਨੇ ਸਪੋਰਟਸ ਦਾ ਸਮਾਨ ਹੈਗਾ ਕਿ ਨਹੀਂ ਲਾਇਬ੍ਰੇਰੀ ਬੁੱਕਸ ਹੈਗੀਆਂ ਨੇ ਇਹ ਸਾਰੀਆਂ ਚੀਜ਼ਾਂ ਇਸਪੇਸ ਤੇ ਆਪਾਂ ਅਪਡੇਟ ਕਰ ਦੇਣੀਆਂ ਨੇ ਇਸ ਨੂੰ ਫਿਰ ਆਪਾਂ ਸੇਵ ਕਰਕੇ ਨੈਕਸਟ ਤੇ ਪੀਸ ਤੇ ਚਲੇ ਜਾਵਾਂਗੇ ਇਹਦੇ ਚ ਇਹ ਵੀ ਹੈ ਕਿ ਜੇ ਤੁਹਾਨੂੰ ਕਮਿਊਨਿਟੀ ਦੀ ਕੋਈ ਹੈਲਪ ਹੋਈ ਆ ਉਹ ਵੀ ਤੁਸੀਂ ਇੱਥੇ ਮੈਂਸ਼ਨ ਕਰਨੀ ਆ ਜਿੱਥੇ ਤੁਹਾਨੂੰ ਪਬਲਿਕ ਸੈਕਟਰ ਚੋਂ ਕਿਸੇ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਨੇ ਤੁਹਾਡੀ ਹੈਲਪ ਕੀਤੀ ਹੈ ਬਿਲਡਿੰਗ ਲਈ ਜਾਂ ਕੁਝ ਹੋਰ ਇਹ ਸਕੂਲ ਬਿਲਡਿੰਗ ਦਾ ਸਾਰਾ ਆ ਗਿਆ ਵੀ ਤੁਹਾਡੀ ਬਿਲਡਿੰਗ ਕਿਹੋ ਜੀ ਆ ਕੱਚੀ ਆ ਪੱਕੀ ਆ ਕਿੰਨੇ ਰੂਮਸ ਨੇ ਕਿੰਨੀਆਂ ਤੁਹਾਡੀਆਂ ਕਲਾਸੇਜ਼ ਨੇ ਜਿਵੇਂ ਦੇਖੋ ਪ੍ਰੀ ਪ੍ਰਾਇਮਰੀ ਦੇ ਸਾਡੇ ਕੋਲ ਪਹਿਲਾਂ 2 ਰੂਮ ਸੀ ਤੇ ਪ੍ਰਾਇਮਰੀ ਦੇ 7 ਹੁਣੇ ਬਦਲ ਕੇ 3 ਤੇ ਪ੍ਰਾਇਮਰੀ ਦੇ 7 ਹੀ ਹਨ ਤੇ ਪ੍ਰੀ ਪ੍ਰਾਇਮਰੀ ਦੇ 3 10 ਰੂਮ ਨੇ ਸਾਡੇ ਕੋਲੇ ਇਹ ਟੋਟਲ ਵੈਸੇ ਅਸੀਂ 2 ਰੂਮ ਨਵੇਂ ਬਣਾਏ ਸੀ ਇਸ ਕਰਕੇ ਇਹ 8 ਭਰੇ ਸੀ ਪਰ ਫੇ ਕਿਉਂਕਿ ਆਪਾਂ ਇਨਸਟਰਕਸ਼ਨਲ ਇੱਥੇ ਦੱਸਣਾ ਵੀ ਆਪਣੀ ਕਲਾਸਾਂ ਕਿੰਨੀਆਂ ਲਈ ਆਪਾਂ ਯੂਜ਼ ਕਰਦੇ ਆ ਜਿੱਥੇ ਆਪਾਂ ਕਲਾਸੇ ਲਗਾਉਣੇ ਆ ਕਲਾਸੇ ਸਾਡੀਆਂ 10 ਚ ਲੱਗਦੀਆਂ ਨੇ ਇਸ ਲਈ ਆਪਾਂ 10 ਹੀ ਲਿਖਾਂਗੇ ਜਿਵੇਂ ਤੁਹਾਡੀਆਂ ਕਿੰਨੇ ਚ ਕਲਾਸੇ ਲੱਗਦੀਆਂ ਨੇ ਤੁਸੀਂ ਉਹਨੀਆਂ ਹੀ ਅਪਡੇਟ ਕਰਨੀਆਂ ਨੇ ਪਹਿਲਾਂ ਸਾਡਾ ਇੱਕ ਰੂਮ ਆ ਜਿਹੜਾ ਉਹਨੂੰ ਮਾਈਨਰ ਰਿਪੇਅਰ ਦੀ ਲੋੜ ਸੀ ਤੇ ਬਾਕੀ ਸਾਡੇ ਸਹੀ ਸੀ ਪਰ ਕਿਉਂਕਿ ਹੁਣ ਸਾਡੇ ਦੋ ਰੂਮ ਨਵੇਂ ਬਣ ਚੁੱਕੇ ਨੇ ਇਸ ਕਰਕੇ ਮਾਈਨਰ ਰਿਪੇਅਰ ਵਾਲਾ ਰੂਮ ਆ ਜਿਹੜਾ ਸੀ ਉਹ ਚੋਂ ਲੈਸ ਕਰ ਦਿੱਤਾ ਅਸੀਂ ਹੁਣ ਜਿਹੜਾ ਨਿਊ ਰੂਮ ਨੇ ਸਾਡੀ ਕਲਾਸ ਉੱਥੇ ਲੱਗਣ ਲੱਗੀ ਆ ਮੈਂ ਇੱਥੇ ਕਰੰਟਲੀ ਨਾਟ ਇਨ ਯੂਜ਼ ਦੇ ਕ੍ਰੂਮ ਲਿਖਿਆ ਸੀ ਬਟ ਉਹਨੂੰ ਬਾਅਦ ਵਿੱਚ ਮੈਂ ਸਪੇਅਰ ਰੂਮ ਚ ਇਨਕਲੂਡ ਕੀਤਾ ਵਾ ਕਿਉਂਕਿ ਉਹ ਸਾਡਾ ਸਪੇਅਰ ਰੂਮ ਹੀ ਆ ਸਾਡੀਆਂ ਕਲਾਸਿਸ 10 ਰੂਮ ਚ ਪੂਰੀਆਂ ਲੱਗ ਜਾਂਦੀਆਂ ਨੇ ਇਸ ਸਾਈਡ ਤੇ ਉਹ ਸਪੇਅਰ ਰੂਮ ਦਾ ਇੱਕ ਉਹਨਾਂ ਨੇ ਅਲੱਗ ਕਾਲਮ ਦਿੱਤਾ ਹੋਇਆ ਅਸੀਂ ਉੱਥੇ ਹੀ ਉਹਨੂੰ ਮੈਂਸ਼ਨ ਕਰਾਂਗੇ ਦੇਖੋ ਇੱਥੇ ਥੱਲੇ ਆ ਕੇ ਆ ਗਿਆ ਨੰਬਰ ਆਫ ਟੋਟਲ ਰੂਮਸ ਅਦਰ एक्सक्लूडिंग क्लासरूमज यानी कि क्लासरूम ਤੋਂ ਬਿਨਾ ਸਾਡੇ ਕੋਲ ਕਿੰਨੇ ਰੂਮ ਨੇ ਤਾਂ ਜਿਹੜਾ ਮੈਂ ਇੱਧਰ ਨਾਟ ਇਨ ਯੂਜ਼ ਰੂਮ ਲਿਖਿਆ ਸੀ ਉਹ ਰੂਮ ਨੂੰ ਹੁਣ ਮੈਂ ਇੱਧਰ 2 ਦੀ ਜਗ੍ਹਾ 3 ਕਰ ਦਿੱਤਾ ਕਿਉਂਕਿ ਉਹ ਸਾਡਾ ਅਦਰੂਮ ਆ ਗਿਆ ਉਹਨਾਂ ਅਦਰੂਮਸ ਦੇ ਵਿੱਚੋਂ ਹੀ ਸਾਡੇ ਇੱਕ ਚ ਲਾਇਬ੍ਰੇਰੀ ਬਣੀ ਹੋਈ ਆ ਕੰਪਿਊਟਰ ਲੈਬ ਪਲੱਸ ਲਾਇਬ੍ਰੇਰੀ ਹੈ ਜਿਹੜੀ ਉਹ ਬਣਾਈ ਹੋਈ ਹੈ ਸਾਡੀ ਸੈਪਰੇਟ ਰੂਮ ਹੈਡ ਫੋਰ ਦਾ ਸਕੂਲ ਲਈ ਕੋਈ ਸੈਪਰੇਟ ਰੂਮ ਕੋਈ ਨਹੀਂ ਹੈ ਕਿਉਂਕਿ ਪ੍ਰਾਇਮਰੀ ਚ ਕੋਈ ਹੁੰਦਾ ਹੀ ਨਹੀਂ ਹੈ ਪਰ ਹਾਂ ਜੇ ਤੁਹਾਡਾ ਸੀਨੀਅਰ ਸੈਕੰਡਰੀ ਸਕੂਲ ਜਾਂ ਹਾਈ ਸਕੂਲ ਆ ਤੇ ਉੱਥੇ ਪ੍ਰਿੰਸੀਪਲ ਦਾ ਅਲੱਗ ਸੈਪਰੇਟ ਰੂਮ ਹੁੰਦਾ ਤੁਸੀਂ ਉਹਨੂੰ ਇੱਥੇ ਕਰ ਸਕਦੇ ਹੋ ਮੈਂਸ਼ਨ ਉਹਨਾਂ ਦਾ ਸਟਾਫ ਰੂਮ ਵੀ ਹੁੰਦਾ ਹੈ ਉਹ ਵੀ ਮੈਂਸ਼ਨ ਹੋ ਸਕਦਾ ਹੈ ਤੇ ਕੰਪਿਊਟਰ ਲਾਇਬ੍ਰੇਰੀ ਸਾਡੇ ਕੋਲ ਇੱਕ ਰੂਮ ਹੈ ਉਹ ਮੈਂ ਇੱਥੇ ਲਿਖਤਾ ਕਿ ਸਾਡੇ ਕੋਲ ਹੈਗਾ ਤੇ ਦੇਖੋ ਇੱਥੇ ਕਲਾਸਰੂਮਸ ਹੈਵਿੰਗ ਫੈਨਸ ਇੱਥੇ ਮੈਂ 11 ਭਰਿਆ ਸੀ ਪਰ ਉਹ 에ਰਰ ਆ ਗਿਆ ਇਸ ਕਰਕੇ ਸਾਡੀਆਂ ਕਲਾਸਾਂ 10 ਰੂਮ ਚ ਲੱਗਦੀਆਂ ਤਾਂ 10 ਰੂਮ ਚ ਹੀ ਅਸੀਂ ਇੱਥੇ ਕਲਾਸਰੂਮਸ ਦੀ ਬਾਰੇ ਪੁੱਛਿਆ ਕਰਕੇ ਕਲਾਸਰੂਮ ਨਹੀਂ ਮੈਂਸ਼ਨ ਕਰਨੇ ਇਸ ਤੋਂ ਅਗੇ ਨੈਕਸਟ ਕਰ ਦਾਂਗੇ ਸਾਡਾ ਜਿਹੜਾ ਇਹ ਪੇਜ ਸੇਵ ਹੋ ਚੁੱਕਿਆ ਇਹਦੇ ਵਿੱਚ ਸਾਡੇ ਟਾਇਲਟਸ ਬਾਰੇ ਸੈਨੀਟੇਸ਼ਨ ਬਾਰੇ ਪੁੱਛਿਆ ਗਿਆ ਵਾ ਵੀ ਤੁਹਾਡੇ ਕਿੰਨੇ ਰੂਮ ਨੇ ਟਾਇਲਟਸ ਮਤਲਬ ਬਾਥਰੂਮ ਨੇ ਗਰਲਜ਼ ਲਈ ਕਿੰਨੇ ਆ ਬॉयਜ਼ ਲਈ ਕਿੰਨੇ ਨੇ ਸਾਡੇ ਪਹਿਲਾਂ ਤਿੰਨ ਸੀ ਟੋਟਲ ਤੇ ਉਹਦੇ ਚੋਂ ਦੋ ਫੰਕਸ਼ਨਲ ਸੀ ਪਰ ਹੁਣ ਸਾਡੇ ਤਿੰਨੇ ਦੇ ਤਿੰਨ ਫੰਕਸ਼ਨਲ ਨੇ ਇਸੇ ਤਰ੍ਹਾਂ ਗਰਲਜ਼ ਦੇ ਵੀ ਚਾਰ ਬਾਥਰੂਮ ਨੇ ਚਾਰੇ ਫੰਕਸ਼ਨਲ ਨੇ ਟੋਟਲ 7 ਹੋ ਗਏ ਜੂਰੀਨਲਸ 3 ਬॉयਜ਼ ਦੇ 3 3 ਫੰਕਸ਼ਨਲ ਨੇ ਤੇ ਇਹ ਸਾਰਾ ਡਾਟਾ ਜਿਹੜਾ ਸਾਡਾ ਅਪਡੇਟ ਹੋ ਚੁੱਕਿਆ ਇਹ ਬਾਥਰੂਮਸ ਆ ਗਈ ਸਾਰੀ ਡਿਟੇਲ ਇਸੇ ਤਰ੍ਹਾਂ ਇਹਦੇ ਇਸ ਪੇਜ ਦੇ ਵਿੱਚ ਤੁਸੀਂ ਵੀ ਆਪਣੇ ਹੈਂਡ ਵਾਸ਼ਿੰਗ ਲਈ ਫੈਸਿਲਿਟੀ ਹੈ ਹੈ ਤਾਂ ਕਿੰਨੀ ਹੈ ਉਹ ਸਾਰੀ ਡਿਟੇਲ ਹੈ ਜਿਹੜੀ ਇਸੇ ਪੇਜ ਤੇ ਦੱਸਣੀ ਆ ਇਸ ਤੋਂ ਬਿਨਾ ਲਾਇਬ੍ਰੇਰੀ ਚ ਲਾਇਬ੍ਰੇਰੀ ਹੈਗੀ ਆ ਤਾਂ ਕਿੰਨੀਆਂ ਬੁੱਕਸ ਨੇ ਉਹਦੇ ਚ ਕੀ ਜਿਹੜੀਆਂ ਟਾਇਲਟਸ ਨੇ ਤੁਹਾਡੇ ਸਕੂਲ ਦੇ ਅੰਦਰ ਨੇ ਜਾਂ ਬਾਹਰਲੀ ਸਾਈਡ ਨੇ ਕਿਉਂਕਿ ਸਾਡੇ ਸਕੂਲ ਦੇ ਅੰਦਰ ਹੀ ਬਣੀਆਂ ਹੋਈਆਂ ਹਨ ਇਸ ਲਈ ਇਨਸਾਈਡ ਤੇ ਟਿਕ ਕਰਾਂਗੇ ਜੇ ਤੁਹਾਡੇ ਬਾਹਰ ਨੇ ਤਾਂ ਤੁਸੀਂ ਬਾ ਟਿੱਕਰ ਸਕਦੇ ਆ ਫਿਰ ਆ ਗਿਆ ਕੀ ਜਿਹੜੀਆਂ ਗਰਲਜ਼ ਨੇ ਉਹਦੇ ਲਈ ਪੈਡ ਵੈਂਡਿੰਗ ਮਸ਼ੀਨ ਹੈਗੀ ਆ ਜਾਂ ਨਹੀਂ ਕਿਉਂਕਿ ਇਹ ਪ੍ਰਾਇਮਰੀ ਸਕੂਲਾਂ 'ਚ ਜ਼ਰੂਰਤ ਨਹੀਂ ਹੁੰਦੀ ਇਸ ਕਰਕੇ ਅਸੀਂ ਨੋ ਕਰ ਦਾਂਗੇ ਪਰ ਹਾਈ ਸੀਨੀਅਰ ਸਕੂਲਾਂ 'ਚ ਹੁੰਦੀ ਆ ਤਾਂ ਉਸ ਹਸਾਬ ਨਾਲ ਭਰਨਗੇ ਹੈਂਡ ਵਾਸ਼ਿੰਗ ਫੈਸਿਲਿਟੀ ਵਿਦ ਸੋਪ ਹੈਗੀ ਆ ਹਾਂਜੀ ਹੈਗੀ ਆ ਡਰਿੰਕਿੰਗ ਵਾਟਰ ਹੈਗਾ ਹਾਂਜੀ ਹੈਗਾ ਕੀ ਆ ਬੋਰ ਬੈਲਾ ਟੈਬ ਵਾਟਰ ਆ ਉਹ ਸਾਰਾ ਆਪਾਂ ਮੈਂਸ਼ਨ ਕਰਾਂਗੇ ਤੇ ਉਸ ਤੋਂ ਬਿਨਾ ਜੇ ਤੁਹਾਡੇ ਆਰਓ ਲੱਗਿਆ ਤਾਂ ਤੁਸੀਂ ਉਹ ਵੀ ਮੈਂਸ਼ਨ ਕਰਨਾ ਵੀ ਸਾਡੇ ਸਕੂਲ ਚਾਰੋ ਲੱਗਿਆ ਸਾਡੇ ਚ ਹੈ ਨਹੀਂ ਇਸ ਲਈ ਨਹੀਂ ਲਿਖਿਆ ਡਰਿੰਕਿੰਗ ਵਾਟਰ ਦੀ ਟੈਸਟਿੰਗ ਕੁਆਲਿਟੀ ਹੈ ਜਿਹੜੀ ਉਹ ਟੈਸਟ ਹੁੰਦੀ ਆ ਹਾਂਜੀ ਉਹ ਸਾਡੀ ਕਰਾਈ ਹੋਈ ਆ ਉਹ ਮੈਂਸ਼ਨ ਕਰਤੀ ਰੇਨ ਹਾਰਵੈਸਟਿੰਗ ਲਈ ਸਾਡੇ ਕੋਈ ਸਿਸਟਮ ਨਹੀਂ ਹੈਗਾ ਇਸੇ ਤਰ੍ਹਾਂ ਇੱਧਰ ਆ ਗਏ ਆ ਲਾਇਬ੍ਰੇਰੀ ਬੁੱਕਸ ਬੁੱਕ ਬੈਂਕ ਜਿਹੜੀਆਂ ਕਿ ਆਪਾਂ ਪੁਰਾਣੀਆਂ ਬੁੱਕਸਾਂ ਬਣਾਏ ਆ ਉਹ ਜੇ ਹੈ ਤਾਂ ਤੁਸੀਂ ਉਹਦੀਆਂ ਬੁੱਕਸ ਲਿਖਣੀਆਂ ਨੇ ਤੇ ਇਹ ਪੜ੍ਹ ਕੇ ਤੁਸੀਂ ਕਿੰਨੇ ਦਿਨ ਬੱਚਿਆਂ ਨੇ ਬੁੱਕਸ ਲਾਇਬ੍ਰੇਰੀ ਦੀਆਂ ਲੈ ਕੇ ਪੜ੍ਹੀਆਂ ਉਹਦੀ ਗਿਣਤੀ ਵੀ ਲਿਖਣੀ ਆ ਇੱਥੇ ਤੇ ਇਹ ਸਾਰੀ ਡਿਟੇਲ ਆ ਜਿਹੜੀ ਤੁਸੀਂ ਧਿਆਨ ਨਾਲ ਪੜ੍ਹ ਕੇ ਫਿਲ ਕਰ ਲੈਣੀ ਆ ਇਸ ਨੂੰ ਹੈਲਥ ਚੈੱਕਅਪ ਬਾਰੇ ਜੇ ਤੁਹਾਡੇ ਸਕੂਲ 'ਚ ਹੈਲਥ ਚੈੱਕਅਪ ਹੋਇਆ ਸਾਲ 'ਚ ਕਿੰਨੀ ਵਾਰ ਹੋਇਆ ਉਹਦੀ ਡਿਟੇਲ ਰੀ ਵਾਰਮਿੰਗ ਦੀਆਂ ਤੁਸੀਂ ਟੈਬਲੇਟਸ ਦਿੱਤੀਆਂ ਨੇ ਡਬਲ ਡੋਜ਼ ਦਿੱਤੀ ਸੀ ਜਾਂ ਸਿੰਗਲ ਦਿੱਤੀ ਸੀ ਉਹ ਹੋਰ ਮਤਲਬ ਜਿਹੜੀ ਵੀ ਫੈਸਿਲਿਟੀ ਕੋਈ ਹੈਗੀ ਆ ਉਹਦੇ ਬਾਰੇ ਸਾਰਾ ਆਪਾਂ ਇੱਥੇ ਮੈਂਸ਼ਨ ਕਰਨਾ ਕਿਚਨ ਗਾਰਡਨ ਹੈ ਕਿਚਨ ਸ਼ੈੱਡ ਹੈ ਕਿ ਨਹੀਂ ਹੈ ਸਾਰੇ ਕਲਾਸਾਂ ਚ ਡਸਟਬਿਨ ਹੈਗੇ ਕਿ ਨਹੀਂ ਸਾਰੇ ਬੱਚਿਆਂ ਲਈ ਫਰਨੀਚਰ ਹੈ ਕਿ ਨਹੀਂ ਜੇ ਨਹੀਂ ਤਾਂ ਕਿੰਨੇ ਬੱਚਿਆਂ ਕੋਲ ਹੈ ਇਹ ਸਾਰੀ ਆਪਾਂ ਇਸ ਸਪੇਸ ਤੇ ਗਿਣਤੀ ਭਰ ਕੇ ਆਪਾਂ ਇਹਨੂੰ ਸੇਵ ਕਰ ਦਾਂਗੇ ਇਹ ਦੇਖੋ ਸਾਡਾ ਸੇਵ ਹੋ ਚੁੱਕਿਆ ਹੁਣ ਆਪਾਂ ਨੈਕਸਟ ਪੇਜ ਤੇ ਚੱਲਾਂਗੇ ਇਹ ਨੈਕਸਟ ਪੇਜ ਖੁੱਲ ਚੁੱਕਿਆ ਇਹਦੇ ਵਿੱਚ ਜਿਹੜੇ ਪਹਿਲਾ ਦੋ ਕਾਲਮ ਨੇ ਇਹ ਸਾਡੇ ਕੰਮ ਦੇ ਨਹੀਂ ਹੈਗੇ ਸੀਨੀਅਰ ਸੈਕੰਡਰੀ ਸਕੂਲ ਦੇ ਕੰਮ ਦੇ ਆ ਨੀਚੇ ਦੇਖੋ ਲਿਖਿਆ ਹੋਇਆ ਵਾ ਵੀ ਰੈਜਿਨੇਸ਼ਨ ਫੈਸਿਲਿਟੀ ਅਵੇਲੇਬਲ ਆ ਨੋ ਆਡੀਓ ਵਿਜ਼ੂਅਲ ਡਰੈਸ ਸਿਸਟਮ ਹੈ ਜੱਸ ਹੈ ਬਾਇਓਮੈਟ੍ਰਿਕ ਮਸ਼ੀਨ ਵੀ ਹੈਗੀ ਆ ਇਹ ਵੀ ਆਪਾਂ ਸੇਵ ਕਰਕੇ ਨੈਕਸਟ ਕਰ ਦਾਂਗੇ ਇੱਥੇ ਆਪਣੇ ਕੋਲ ਕੋਈ ਡੈਸਕਟਾਪ ਪੀਸੀ ਸਕੂਲ 'ਚ ਹੈਗੇ ਨੇ ਉਹ ਸਾਰੀ ਡਿਟੇਲ ਆ ਜਿਹੜੀ ਆਪਾਂ ਇੱਥੇ ਫਿਲ ਕਰਨੀ ਆ ਪ੍ਰਿੰਟਰ ਹੈ ਪੈਬ ਕੈਮਰਾ ਹੈ ਇੰਟਰਨੈਟ ਫੈਸਿਲਿਟੀ ਹੈ ਮੋਬਾਈਲ ਫੋਨ ਟੀਚਿੰਗ ਲਈ ਯੂਜ਼ ਹੁੰਦਾ ਕਿ ਨਹੀਂ ਹੁੰਦਾ ਅੱਜ ਕੱਲ ਸਾਰੇ ਟੀਚਰਾਂ ਨੂੰ ਕਰਨਾ ਪੈਂਦਾ ਇਸ ਕਰਕੇ ਅਸੀਂ ਦੱਸਦੇ 10 ਟੀਚਰਾਂ ਦਸਾਂ ਦਾ ਹੀ ਲਿਖਿਆ ਜਨਰੇਟਰ ਇਨਵਰਟਰ ਚ ਤੁਹਾਡੇ ਸਕੂਲ ਚ ਜਿਹੜੀ ਫੈਸਿਲਿਟੀ ਹੈ ਤੁਸੀਂ ਉਹ ਲਿਖੋਗੇ ਜਿਵੇਂ ਸਾਡੇ ਇੱਕ ਕਲਾਸ ਚ ਐਲਈਡੀ ਲੱਗਿਆ ਤੇ ਉਹ ਸਮਾਰਟ ਟੀਵੀ ਆ ਗਿਆ ਤੇ ਬ੍ਰੌਡਬੈਂਡ ਸਾਡੇ ਇੰਟਰਨੈਟ ਫੈਸਿਲਿਟੀ ਹੈ ਅਸੀਂ ਉਹ ਮੈਂਸ਼ਨ ਕਰ ਦਿੱਤੀ ਐਸੀ ਤਰ੍ਹਾਂ ਇਹ ਪੇਜ ਜਿਹੜਾ ਸਾਰਾ ਵੀ ਅਸੀਂ ਇਹਨੂੰ ਯੂਜ਼ ਕਰਦੇ ਆਂ ਇੰਟਰਨੈਟ ਫੈਸਿਲਿਟੀ ਨੂੰ ਫਿਰ ਸਾਡੇ ਕੋਲ ਕੰਪਿਊਟਰ ਲੈਬ ਚ ਕੰਪਿਊਟਰ ਕਿੰਨੇ ਨੇ ਉਹ ਸਾਰੀ ਡਿਟੇਲ ਫਿਰ ਗਨ ਤੋਂ ਬਾਅਦ ਇਸ ਪੇਜ ਨੂੰ ਅਸੀਂ ਸੇਵ ਕਰ ਦਾਂਗੇ ਸੇਵ ਕਰਕੇ ਇਸ ਪੇਜ ਨੂੰ ਇਹ ਸਾਡਾ ਸਾਰਾ ਜਿਹੜਾ ਡਾਟਾ ਫਿਲ ਹੋ ਗਿਆ ਤੇ ਆਪਾਂ ਬੈਕ ਟੂ ਡੈਸ਼ਬੋਰਡ ਆ ਜਾਾਂਗੇ ਤੇ ਇੱਥੇ ਤੁਹਾਡੇ ਸਾਹਮਣੇ ਦੇਖੋ ਸ਼ੋ ਹੁੰਦਾ ਕੰਪਲੀਟਡ 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 ਇਹ ਸਾਰਾ ਕੰਪਲੀਟ ਹੋ ਗਿਆ ਤੇ ਇਹਨੂੰ ਆਪਾਂ ਐਂਡ ਤੇ ਜਾ ਕੇ ਸਰਟੀਫਾਈ ਕਰ ਦਾਂਗੇ ਪਰ ਕਿਉਂਕਿ ਹਜੇ ਕੋਈ ਚੀਜ਼ਾਂ ਭਰਨ ਵਾਲੀਆਂ ਰਹਿੰਦੀਆਂ ਇਸ ਲਈ ਮੈਂ ਸਰਟੀਫਾਈ ਨਹੀਂ ਕੀਤਾ ਥੈਂਕ ਯੂ